ਇਹ ਦੇਖੋ ਕਿਊਟ ਕਿਊਟ ਅਮਰੂਦ ਲੱਗੇ ਹੋਏ ਨੇ ਅੰਦਰ, ਕੰਮ ਚੈੱਕ ਕਰੋ ਜੀ ਅੰਦਰ। ਕੰਮ ਕਰਕੇ ਪਵਾਏ ਸੀ ਇਹ ਦੋ, ਉਦੋਂ ਦੇ ਕਮਰੇ ਪੈਣ, ਉਦੋਂ ਦਾ ਰੰਗ ਹੋਇਆ ਹੋਇਆ ਅਤੇ ਉਦੋਂ ਦੀ ਇਹ ਵਿੰਡੋ ਜਿਹੜੀ ਇਹਨਾਂ ਦਾ ਪਲਸਤਰ ਰੁਕਿਆ ਹੋਇਆ, ਉਸ ਤੋਂ ਬਾਅਦ ਪਲਸ ਦੇਖੋ ਗੱਟਾ ਹੀ ਗੱਟਾ ਹੈਗਾ ਅਤੇ ਇੱਥੇ ਮੈਂ ਰੁਕਿਆ। ਚੈੱਕ ਕਰੋ ਜੀ ਮਾਸ਼ਾ ਅੱਲਾਹ ਕਿਆ ਬਾਤ ਹੈ, ਇੱਕ ਇੱਕ ਟਹਿਣੀ ਜਿਹੜੀ ਹੈ ਨਾ ਭਰੀ ਹੋਈ ਹੈਗੀ ਫਲ ਨਾ ਮਾਸ਼ਾ ਅੱਲਾਹ। ਅੰਬ ਦਾ ਪੌਦਾ ਕਿਆ ਬਾਤ ਹੈ ਜੀ, ਸਾਰਾ ਹੀ ਭਰਿਆ ਹੋਇਆ, ਦੁਸ਼ਹਿਰੀ ਅੰਬ ਲੱਗੇ ਹੋਏ ਨੇ ਗੇ, ਬਹੁਤ ਮਿੱਠੇ ਹੁੰਦੇ ਨੇ ਗੇ, ਜਿਵੇਂ ਕਿ ਉੱਥੇ ਤੁਹਾਨੂੰ ਦਿਖਾ ਰਿਹਾ ਸੀ ਉਹਦੇ ਛੋਟੇ ਛੋਟੇ ਸੀ ਨਾ, ਇਹ ਪਹਿਲ ਦੇ ਕਾਬਲ ਨੇ ਗੇ, ਇਹਨੂੰ ਪਹਿਲ ਹੁਣ ਲਾਈ ਜਾਵੇਗੀ ਤੋੜ ਕੇ ਨਾ, ਅਤੇ ਇਹਨੇ ਪੈਰ ਨਾ ਪਿਆ ਸੀ ਬੜੀ ਲੱਗ ਗਈ ਹੈ ਅਤੇ ਪੈਰ ਵੀ ਬਹੁਤ ਜ਼ਿਆਦਾ ਤਰਾਕ ਗਏ ਨੇ, ਮੋਟਰਸਾਈਕਲ ਤਰਾਕ ਗਿਆ ਸੀ, ਇੱਥੇ ਟਿਊਬਵੈਲ ਉਹਨਾਂ ਨੇ ਚਲਾਇਆ, ਮੈਨੂੰ ਲੱਗਦਾ ਇਸੇ ਲਈ ਕਿ ਜੇ ਅੱਗੋਂ ਤਰਾਕ ਕੇ ਆਵੇ ਨਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਅਸਲਾਮੁ ਅਲੈਕੁਮ ਜੀ, ਕੀ ਹਾਲ ਚਾਲ ਨੇ ਸਾਡੇ ਦੇਖਣ ਵਾਲੇ ਤਮਾਮ ਭੈਣ ਭਾਈਆਂ ਦੇ, ਅਸੀਂ ਮਿਹਨਤ ਕਰਨੇ ਹਾਂ ਸਾਡੇ ਦੇਖਣ ਵਾਲੇ ਤਮਾਮ ਭੈਣ ਭਾਈ ਬਿਲਕੁਲ ਠੀਕ ਠਾਕ ਹੋਣਗੇ, ਅਤੇ ਅਲਹਮਦੁਲਿਲਾ ਜੀ ਅਸੀਂ ਬਿਲਕੁਲ ਠੀਕ ਠਾਕ ਹਾਂ ਗਏ, ਅਤੇ ਆਪਣਾ ਜੀ ਵਾਲਾ ਵਲਾਗ ਬੜਾ ਇੰਟਰਸਟਿੰਗ ਹੋਣ ਵਾਲਾ, ਅਸੀਂ ਸ਼ੁਰੂ ਤੋਂ ਲੱਗ ਕੇ ਐਂਡ ਤੱਕ ਮੁਕੰਮਲ ਵਾਚ ਕਰਨਾ ਹੈਗਾ। ਫਿਲਹਾਲ ਇਸ ਟਾਈਮ ਤਾਂ ਅਸੀਂ ਬੜੀ ਪਰੇਸ਼ਾਨੀ 'ਚ ਆਵਾਂਗੇ ਕਿਉਂਕਿ ਖਾਲਾ ਜਾਂਦੇ ਆ, ਬੇਟਾ ਇੰਨਾ ਛੋਟਾ, ਉਹਦੀ ਤਬੀਅਤ ਕਾਫੀ ਖਰਾਬ ਹੈਗੀ, ਹੁਣ ਦਵਾਈ ਲਵਣ ਜਾਣ ਲੱਗੇ ਹਾਂ ਕਿ ਬਸ ਤੁਸੀਂ ਦੁਆ ਕਰਨੀ ਕਿ ਅੱਲਾਹ ਪਾਕ ਕਰਮ ਕਰੇ, ਕਿਉਂਕਿ ਨਾ ਕਾਫੀ ਦਿਨਾਂ ਤੋਂ ਇਹਦੀ ਤਬੀਅਤ ਖਰਾਬ ਸੀ, ਲੇਕਿਨ ਅਸੀਂ ਖਾਲਾ ਜਾਣ ਵਾਲੇ ਨਾ ਗਏ ਹਾਂਗੇ, ਅਤੇ ਇਹਨਾਂ ਦੇ ਕੁਛ ਇਸ ਤਰ੍ਹਾਂ ਦੇ ਹਾਲਾਤ ਸੀਗੇ ਕਿ ਇੱਥੇ ਸਾਡੇ ਘਰ ਵੀ ਨਹੀਂ ਆ ਸਕਦੇ, ਕਹਿੰਦੇ ਨੇ ਪੈਟਰੋਲ ਕੱਢ ਵੀ ਪੈਸੇ ਨਹੀਂ ਸੀ, ਘਰ ਦੇ ਵਿੱਚ ਖਾਣ ਪੀਣ ਦਾ ਅਸੀਂ ਨਿਜ਼ਾਮ ਕਿਸ ਤਰ੍ਹਾਂ ਚਲਾਇਆ ਉਹ ਵੀ ਸਾਨੂੰ ਹੀ ਪਤਾ ਹੈਗਾ, ਕਿਉਂਕਿ ਕੱਲ੍ਹ ਉਹਨੂੰ ਤਾਂ ਕੰਮ ਤੋਂ ਕੱਢ ਤਾਂ ਹੋਇਆ ਸੀ ਅੱਗੇ ਜਿੱਥੇ ਉਹ ਕੰਮ ਕਰਦੇ ਸੀਗੇ, ਅਤੇ ਹਾਲਾਤ ਇੰਨੇ ਘਰ ਦੇ ਬਹੁਤ ਜ਼ਿਆਦਾ ਡਾਊਨ ਹੋ ਗਏ ਹੋਏ ਆਣਗੇ, ਜਿਸ ਵਜ੍ਹਾ ਤੋਂ ਉਹਨਾਂ ਦੇ ਅੱਜ ਸੁਬਹਾ ਸੁਬਹਾ ਅੰਮੀ ਜਾਣ ਜਿਹੜੀ ਨਹੀਂ, ਇਹਨਾਂ ਨੇ ਕਿਹਾ ਹੈਗਾ ਚੱਲਣਾ ਤੇਰੀ ਖਾਲਾਂ, ਬੇਟੇ ਦਾ ਤਾਂ ਪਤਾ ਕਰੀ, ਹੁਣ ਤਬੀਅਤ ਖਰਾਬ ਸੀਗੀ ਅਤੇ ਗਏ ਤਾਂ ਮੈਂ ਇਹਦੀ ਹਾਲਤ ਦੇਖ ਕੇ ਹੈਰਾਨ ਹੋ ਗਿਆ, ਹੁਣ ਤਾਂ ਨਾ ਬੁਖਾਰ ਵੀ ਹੈਗਾ ਇਹਨੂੰ, ਪੱਟੀਆਂ ਵਗੈਰਾ ਖਾਲਾਂ ਜਾਣ ਕਰ ਰਹੀਆਂ ਨੇ, ਹਾਂ ਚਲੋ ਕੋਈ ਨਹੀਂ ਲੈ ਆਉਂਦੇ ਹਾਂ ਚੱਲ ਕੇ ਦਵਾਈ, ਹਾਂ ਚਲੋ ਕੋਈ ਨਹੀਂ ਦਵਾਈ ਚੱਲ ਕੇ ਲੈ ਆਉਂਦੇ ਹਾਂ, ਖਾਲਾਂ ਜਾਣ ਵੀ ਕਹਿ ਰਹੇ ਸੀਗੇ ਅਸੀਂ ਅੱਟ ਕੇ, ਤਾਂ ਫੋਨ ਨੂੰ ਮਸਲਾ ਬਣ ਰਿਹਾ ਕਿਉਂਕਿ ਦੁਪਹਿਰ ਦਾ ਟਾਈਮ ਹੈ ਨਾ, ਗਰਮੀ ਬਹੁਤ ਜ਼ਿਆਦਾ, ਗਰਮੀ ਦੀ ਵਜ੍ਹਾ ਤੋਂ ਫਿਰ ਹੀਟਅਪ ਹੋ ਜਾਂਦਾ ਹੈਗਾ, ਮੈਂ ਹੀ ਗੱਲ ਕਰ ਰਿਹਾ ਸੀ ਖਾਲਾਂ ਜਾਣ ਵਾਲੇ ਨੂੰ, ਉਸ ਤੋਂ ਬਾਅਦ ਇਹਦੀ ਦਵਾਈ ਲਈ ਨਹੀਂ ਹੈਗੀ, ਅਤੇ ਦੁਪਹਿਰ ਦੀ ਹਾਲਤ ਇਤਨੀ ਜ਼ਿਆਦਾ ਖਰਾਬ ਹੋਈ ਵੀ ਇੱਕ ਨੂੰ ਬੁਖਾਰ ਹੈ, ਬਾਕੀ ਵੀ ਇਹਨੂੰ ਪਤਾ ਨਹੀਂ ਕੀ ਵਜ੍ਹਾ ਹੈ ਜੀ, ਸੁੱਕਦਾ ਜਿਹਾ ਜਾ ਰਿਹਾ ਹੈਗਾ, ਬਿਲਕੁਲ ਕਮਜ਼ੋਰ ਹੋ ਗਿਆ, ਪਹਿਲੇ ਮੋਟਾ ਮੋਟਾ ਹੁੰਦਾ ਸੀਗਾ, ਬਿਲਕੁਲ ਸੁੱਕਿਆ ਪਿਆ, ਅਤੇ ਚੱਲਦੇ ਹਾਂ ਨਾ ਚੱਲ ਕੇ ਦਵਾਈ ਲਿਆਉਂਦੇ ਹਾਂ, ਇੱਥੇ ਅੱਛਾ ਡਾਕਟਰ ਹੈਗਾ ਜਿੱਥੋਂ ਅਸੀਂ ਬਿਮਾਰ ਹੁੰਦੇ ਸੀ, ਤਮੀ ਜਾਣ ਜਾ ਕੇ ਦਵਾਈ ਵਗੈਰਾ ਲਿਆਉਂਦੇ ਸੀ, ਸਫ਼ਰ ਤਾਂ ਕਾਫੀ ਬਣ ਜਾਂਦਾ ਹੈਗਾ, ਉੱਥੇ ਚੱਲ ਕੇ ਨਹੀਂ ਦਵਾਈ ਲਿਆਉਂਦੇ ਹਾਂਗੇ, ਚਲੋ ਕੋਈ ਨਹੀਂ ਅੱਲਾ ਪਾਕ ਸ਼ਫਾ ਦੇਣ ਵਾਲਾ ਹੁੰਦਾ ਹੈਗਾ, ਠੀਕ ਹੋ ਜਾਵੇਗਾ, ਹਾਂ ਅੱਜ ਨਹੀਂ ਗੱਲਾਂ ਕਰਨੀਆਂ ਅੱਗੇ ਤਾਂ। ਅਤੇ ਹਸਨੈਣ ਸਾਹਿਬ ਹੋਰੀ ਅੱਜ ਬੜੇ ਖੁਸ਼ ਨੇ ਕਿਉਂਕਿ ਕੱਲ੍ਹ ਇਹਨਾਂ ਸਾਈਕਲ ਲੈ ਕੇ ਆਏ ਸੀਗੇ, ਨੂਰ ਅਤੇ ਹਸਨੈਣ ਦੋਨਾਂ ਦੀ ਹੈਗੀ ਸਮਝ ਲਓ, ਅਗਰ ਮੈਂ ਕਹਾਂ ਨਾ ਨੂਰ ਦੀ ਸਾਈਕਲ ਹੈਗੀ ਤਾਂ ਫਿਰ ਹਸਨੈਣ ਜਿਹੜਾ ਰੋਣ ਲੱਗ ਜਾਂਦਾ ਹੈਗਾ, ਜੇ ਮੈਂ ਕਹਿ ਦੇਵਾਂ ਕਿ ਹਸਨੈਣ ਦੀ ਸਾਈਕਲ ਹੈਗੀ ਨੂਰ ਰੋਣ ਲੱਗ ਜਾਂਦੀ, ਵੈਸੇ ਤਾਂ ਇਹ ਨੂਰ ਦੀ ਆਂਟੀ ਨੇ ਨੂਰ ਲਈ ਗਿਫਟ ਭੇਜਿਆ ਸੀਗਾ ਕਿ ਨੂਰ ਨੇ ਜਿਹੜੀ ਚੀਜ਼ ਕਹੀ ਨਾ ਉਹਨੂੰ ਲੈ ਕੇ ਦੇ ਆ ਜੇ, ਅਤੇ ਹਸਨੈਣ ਵੀ ਵੈਸੇ ਇਹਦੀ ਅਲੱਗ ਸਾਈਕਲ ਲੈ ਕੇ ਦੇਵਾਂਗੇ, ਨੂਰ ਦਾ ਤਾਂ ਇਹਦਾ ਬੜਾ ਝਗੜਾ ਬਣਿਆ ਰਹਿੰਦਾ ਹੈਗਾ, ਅਤੇ ਖਾਲਾਂ ਬੱਚੇ ਜੇ ਇਹਨੂੰ ਵੀ ਨਾਲ ਜੁੱਲੇ ਵਗੈਰਾ ਲੈ ਰਹੇ ਨੇਗੇ, ਕੱਲ੍ਹ ਕੇ ਮਾਸ਼ਾਅੱਲਾ ਬੜੀ ਮਜ਼ਬੂਤ ਸਾਈਕਲ ਮਿਲ ਗਈ, ਅਤੇ 12,000 ਰੁਪਏ ਦੀ ਸਾਨੂੰ ਕੱਲ੍ਹ ਮਿਲੀ ਸੀ, ਕੱਲ੍ਹ ਵਾਲਾ ਵਲਾਗ ਸੀ ਜਾ ਕੇ ਲਾਜ਼ਮੀ ਦੇਖਣਾ, ਮੈਂ ਜਾਂ ਨਿਕਲੀ ਹੁਣ ਆਪਾਂ, ਹਾਂ ਕਿਉਂਕਿ ਤਕਰੀਬਨ 4 ਵਜੇ ਆਪਾਂ ਪਹੁੰਚਣਾ, 4 ਵਜੇ ਡਾਕਟਰ ਬੈਠਦਾ ਹੈ, ਡਾਕਟਰ ਹੈਗਾ ਜਿਹੜਾ ਬੰਦ ਹੈ 4 ਵਜੇ ਤੇ ਫੀਸ ਲੈ ਲੈਂਦੇ ਆ ਵੀ ਬੱਚੇ ਠੀਕ ਹੋ ਜਾਣੇ, ਤੁਸੀਂ ਸਾਰੇ ਭੈਣਾਂ ਭਾਈ ਦੁਆ ਕਰਨੀ ਕਿ ਅੱਲਾ ਪਾਕ ਇਹਨਾਂ ਤੰਦਰੁਸਤੀ ਤੇ ਸਿਹਤ ਦੇਵੇ ਤੇ ਬੱਚਾ ਮਸ਼ਹੂਮ ਠੀਕ ਹੋ ਜਾਵੇ, ਹਾਂ ਕਿਉਂਕਿ ਮੇਰੇ ਸਾਰੇ ਬੱਚੇ ਦੀ ਦਵਾਈ ਮੈਂ ਉੱਥੇ ਜਾ ਕੇ ਲੈ ਆਉਂਦੀ ਹਾਂ, ਜੀ ਜੀ ਚਲੋ ਜੀ ਚੱਲਨੇ ਆ ਕੇ, ਫਿਲਹਾਲ ਇਸ ਟਾਈਮ ਗਰਮੀ ਵੀ ਬਹੁਤ ਜ਼ਿਆਦਾ ਹੈ ਜੀ, ਲੇਕਿਨ ਮਜਬੂਰੀ ਹੈ ਕਿ 4-1 ਵਜੇ ਤੇ ਡਾਕਟਰ ਆਵੇਗਾ ਕਿ ਜਲਦੀ ਦਵਾਈ ਲੈ ਕੇ ਆ ਟਾਈਮ, ਨਹੀਂ ਤਾਂ ਰਾਤ ਹੋ ਜਾਣੀ,
ਇਸ ਵਜ੍ਹਾ ਜਾਵਣ ਲੱਗਿਆ। ਵੈਸੇ ਦੇਖੋ ਬਾਜ਼ਾਰ ਕੋਈ ਨਜ਼ਰ ਹੀ ਨਹੀਂ ਆ ਰਿਹਾ, ਪੜੋਸੀਆਂ ਦੇ ਬੱਚੇ ਜਿਹੜੇ ਟਿਊਬਲਾਂ 'ਤੇ ਨਹਾ ਕੇ ਆ ਰਹੇ ਨੇ ਗਰਮੀ ਦੀ ਵਜ੍ਹਾ ਤੋਂ ਨਾ, ਗਰਮੀ ਬਹੁਤ ਜ਼ਿਆਦਾ ਅੱਜ। ਵੱਜ ਗਏ ਨੇ ਦੇਖੋ, ਇੱਥੇ ਕੋਈ ਵੀ ਨਹੀਂ ਨਜ਼ਰ ਆ ਰਿਹਾ ਹੈਗਾ, ਜਾਨਵਰ ਹੀ ਸਾਰੇ ਛਾਂ 'ਤੇ ਉਹਨਾਂ ਨੇ ਬੰਨੇ ਹੋਏ ਨੇ, ਹਰ ਕੋਈ ਛਾਂ 'ਤੇ ਬੈਠਾ ਹੈਗਾ, ਬਾਕੀ ਕੋਈ ਰੈਸਟ ਕਰ ਰਹੇ ਨੇਗੇ ਜੋ ਦੁਪਹਿਰ ਦੇ ਟਾਈਮ, ਹਰ ਕੋਈ ਇਸ ਟਾਈਮ ਸੋਂਦਾ ਹੈਗਾ। ਇਹ ਮਜਬੂਰੀ ਸੀਗੀ ਕਿ ਚਲੋ ਉਹਨਾਂ ਟਾਈਮ ਨਾਲ ਦਵਾਈ ਲੈ ਕੇ ਹਟੇ ਆਵਾਂਗੇ, ਇਸ ਵਜ੍ਹਾ ਤੋਂ ਅਸੀਂ ਨਿਕਲੇ ਆਵਾਂਗੇ, ਲੇਕਿਨ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਹੈ। ਚੱਲਿਆ ਨਾ ਆਰਾਮ ਆਰਾਮ ਨਾਲ, ਇਹਦੇ ਸ਼ੋਰਟਕੱਟ ਰਸਤੇ ਲਵਾਇਆ ਮੈਂ ਕਿ ਚਲੋ ਕੋਈ ਨਾ ਜਲਦੀ ਪਹੁੰਚ ਜਾਵਾਂਗੇ। ਗਰਮੀ ਇਤਨੀ ਜ਼ਿਆਦਾ, ਪਿਆਸ ਬਹੁਤ ਜ਼ਿਆਦਾ ਲੱਗੀ ਜਾਂਦੀ ਸੀ, ਅਤੇ ਮਾਸ਼ਾ ਅੱਲਾ ਇੱਥੇ ਟਿਊਬਵੈੱਲ ਚੱਲ ਰਿਹਾ ਭਾਈ ਸਾਹਿਬ, ਇੱਥੇ ਮੈਂ ਮੂੰਹ ਹੱਥ ਹੀ ਧੋਨੇ ਆ ਕੇ ਕੋਈ ਪਾਣੀ ਪੂਣੀ ਪੀਂਦੇ ਹਾਂ। ਇੱਥੇ ਜੀ ਅਮਰੂਦਾਂ ਦਾ ਹੀ ਪੌਦਾ ਖੜ੍ਹਾ ਮਾਸ਼ਾ ਅੱਲਾ, ਇਹਦੇ 'ਤੇ ਛੋਟੇ ਛੋਟੇ ਅਮਰੂਦ ਲੱਗ ਰਹੇ ਨੇਗੇ ਹੁਣ ਹੀ ਨਾ, ਦੂਰੋਂ ਨਜ਼ਰ ਪਈ ਮੈਂ ਕਿ ਤੁਹਾਨੂੰ ਦਿਖਾ ਦਿਆਂ, ਫੁੱਲ ਜੇ ਲੱਗ ਰਹੇ ਨੇਗੇ ਇਹਦੇ, ਫਿਰ ਨਾ ਅਮਰੂਦ ਬਣ ਜਾਵਣਗੇ, ਜਿਵੇਂ ਕਿ ਇਹ ਛੋਟਾ ਜਿਹਾ ਅਮਰੂਦ ਖੜ੍ਹਾ ਹੈਗਾ ਇਸੇ ਤਰ੍ਹਾਂ। ਇਹ ਦੇਖੋ ਕਿਊਟ ਕਿਊਟ ਅਮਰੂਦ ਲੱਗੇ ਹੋਏ ਨੇ ਇਹਦੇ 'ਤੇ, ਬਹੁਤ ਪਿਆਰੇ, ਸਾਰੇ ਉੱਤੇ ਅਮਰੂਦ ਲੱਗ ਰਹੇ ਨੇਗੇ। ਸਮਝਾ ਇੱਥੇ ਬੈਠ ਕੇ ਮੂੰਹ ਧੋ ਰਹੇ, ਮੈਂ ਚੱਲ ਕੇ ਨਾ ਪਾਣੀ ਪੀਂਦਾ ਉੱਥੇ ਮੂੰਹ ਧੋ ਲੈਣਾ, ਗਰਮੀ ਬਹੁਤ ਜ਼ਿਆਦਾ ਹੈ, ਦੁਆ ਮੰਗਦਾ ਆਇਆ ਮੈਂ ਕਿ ਇੱਥੇ ਕੋਈ ਨਾ ਕੋਈ ਨਾ ਟਿਊਬਵੈੱਲ ਚੱਲਦਾ ਪਿਆ ਹੋਵੇ, ਮਾਸ਼ਾ ਅੱਲਾ ਚੱਲ ਰਿਹਾ ਸੀਗਾ। ਚਲੋ ਇੱਥੇ ਪਾਣੀ ਪੂਣੀ ਪੀ ਲੈਂਦੇ ਹਾਂ, ਪਾਣੀ ਬੜਾ ਠੰਡਾ ਹੈਗਾ, ਮੈਂ ਇੱਥੇ ਨਹਾਉਣ ਤਾਂ ਨਹੀਂ ਲੱਗਿਆ, ਲੇਕਿਨ ਅੰਮੀ ਜਾਨ ਦੇ ਖਾਲਾ ਨੇ ਕੱਪੜੇ ਸਮਾਇਆ ਸੀ, ਇੰਨਾ ਨਹਾ ਲਿਆ ਹੈਗਾ ਕਿ ਚਲੋ ਨਾ ਗਰਮੀ ਬਹੁਤ ਜ਼ਿਆਦਾ, ਕੱਪੜੇ ਧੋਣੇ ਸੁੱਕ ਜਾਣਗੇ ਆਸਾਨੀ ਨਾਲ, ਜੇ ਸਫ਼ਰ ਗੁਜ਼ਰ ਜਾਵੇਗਾ ਫਿਰ ਗਰਮੀ ਨਹੀਂ ਲੱਗੇਗੀ, ਚੱਲੀ ਜਾਣ ਫਿਰ ਅੱਗੇ। ਅਤੇ ਇੱਥੋਂ ਜੀ ਅੱਗੇ ਸਮੁੰਦਰੀ 17 ਕਿਲੋਮੀਟਰ ਹੈਗਾ, ਕੋਈ ਨਹੀਂ ਸਫ਼ਰ ਰਹਿ ਗਿਆ, ਚੱਲਣੇ ਅੱਲਾ ਖੈਰ ਕਰੇਗਾ। ਕਰਾਚੀ ਤੋਂ ਲਾਹੌਰ ਮੋਟਰਵੇ, ਇਹਦੇ ਥੋੜ੍ਹੇ ਜਿਹੇ ਅਸੀਂ ਗੁਜ਼ਰ ਕੇ ਅੱਗੇ ਜਾਣਾ ਹੈਗਾ ਸਮੁੰਦਰੀ ਨੂੰ, ਅਤੇ ਵੈਸੇ ਅਗਰ ਲਾਹੌਰ ਜਾਣਾ ਹੋਵੇ ਤਾਂ ਅਸੀਂ ਇਸ ਮੋਟਰ ਵਿੱਚ ਜਾਂਦੇ ਹੁੰਦੇ ਹਾਂ, ਜਿੰਨੀ ਵਾਰੀ ਗਏ ਹੋਵਾਂਗੇ ਤਾਂ ਪਤਾ ਹੋਣਾ ਨਾ, ਇੱਥੋਂ ਗੁਜ਼ਰ ਕੇ ਸਾਈਡ ਤੋਂ ਇੱਕ ਰਸਤਾ ਜਾਂਦਾ ਹੈਗਾ, ਫਿਰ ਇਸ ਮੋਟਰ ਵਿੱਚ ਚਲੇ ਜਾਂਦੇ ਹਾਂਗੇ। ਬਾਕੀ ਸਾਹਮਣੇ ਸਮੁੰਦਰੀ ਸ਼ਹਿਰ ਨਜ਼ਰ ਆ ਰਿਹਾ ਹੈਗਾ, ਤੋੜ ਤੱਕ ਨਹਿਰ ਹੈਗੀ, ਕਹਿੰਦੇ ਬੱਚੇ ਜਿਹੜੇ ਨੇ ਨਹਾ ਰਹੇ ਨੇ, ਨਾਲ ਜਾਨਵਰ ਜਿਹੜੇ ਨੇ ਉਹ ਨਾ ਨਵਾਉਂਦੇ ਫਿਰਦੇ ਨੇ, ਭੈਂਸਾਂ ਵਗੈਰਾ ਨਾਲ ਨਾ ਚਰਾਵਣੀ ਲੈਂਦੇ ਨੇ, ਸਾਡਾ ਚਾਰਾ ਹੁੰਦਾ ਨਵਾਉਂਦੇ ਹੀ ਫਿਰਦੇ ਨੇ, ਆਪ ਹੀ ਨਾਉਂਦੇ ਫਿਰਦੇ ਨੇ। ਕੰਮ ਚੈੱਕ ਕਰੋ ਜੀ, ਛੋਟੇ ਛੋਟੇ ਨੇਗੇ, ਇੰਨੀ ਗਹਿਰੀ ਨਹਿਰ ਦੇ ਨਹਾਉਂਦੇ ਫਿਰਦੇ ਨੇ। ਵੈਸੇ ਤਾਂ ਸਮੁੰਦਰੀ ਆਉਂਦੇ ਆਉਂਦੇ ਸਾਨੂੰ 4 ਵੱਜ ਹੀ ਗਏ ਨੇਗੇ, ਡਾਕਟਰ ਦੇ ਆਉਣ ਦਾ ਟਾਈਮ ਹੋ ਗਿਆ ਹੋਇਆ ਹੈਗਾ, ਚੰਗਾ ਹੈਗਾ ਦੁਪਹਿਰ ਟਾਈਮ ਹੀ ਨਿਕਲ ਆਏ ਸੀ, ਫਿਰ ਉੱਥੋਂ ਹੁਣ ਅਸੀਂ 4 ਵਜੇ ਨਿਕਲਦੇ ਅਤੇ ਇੱਥੇ ਫਿਰ ਅਸੀਂ ਤਕਰੀਬਨ 6:30 ਵਜੇ ਪਹੁੰਚ ਜਾਣਾ ਸੀਗਾ, ਉਹ ਕਾਫੀ ਸਫ਼ਰ ਬਣ ਜਾਂਦਾ ਨਾ, ਆਰਾਮ ਆਰਾਮ ਨਾਲ ਆਏ ਆਵਾਂਗੇ, ਚੱਲੇ ਹਾਂ ਜੀ ਹੁਣ ਅੱਗੇ। ਮਾਸ਼ਾਅੱਲਾ ਸਮੁੰਦਰੀ ਜੀ ਬਹੁਤ ਪਿਆਰਾ ਨਾ ਸ਼ੋਪਿੰਗ ਮਾਲ ਬਣਿਆ, ਕੈਸ਼ ਕੈਰੀਜ਼, ਅਤੇ ਇੱਥੇ ਹੈਗਾ ਹੋਸਪਿਟਲ ਹੈਗਾ, ਅਤੇ ਇਹ ਜੀ ਪ੍ਰਾਈਵੇਟ ਹੋਸਪਿਟਲ ਹੈਗਾ, ਇੱਥੋਂ ਦਵਾਈ ਲੈਣੀ ਹੈਗੀ ਜੀ ਖਾਲਾਂ ਬੈਠੇ ਜੀ।
ਤੇ ਜੀ ਦਾ ਜਿੰਨੇ ਹੋ ਗਏ ਉਹ ਸ਼ੋਰ ਦਲੀਆ ਵਗੈਰਾ ਹੋ ਗਿਆ ਬਾਕੀ ਦਵਾਈ ਵਗੈਰਾ ਲੈ ਲਈ ਹੈਗੀ ਤੂੰ ਕਹਿ ਰਹੇ ਨੇ ਦਿਲ ਦੀ ਨਾ ਕਮਜ਼ੋਰੀ ਹੈਗੀ ਬੱਚੇ ਨੂੰ ਬਾਕੀ ਹੋਰ ਕੋਈ ਇਸ਼ੂ ਨਹੀਂ ਹੈਗਾ ਚੱਲਦੇ ਹਾਂ ਜਾਣ ਫਿਰ ਹੋਸਪਿਟਲ ਇਤਨਾ ਪੁਰਾਣਾ ਅੰਮੀ ਜਾਨ ਕਹਿ ਰਹੀ ਮੈਂ ਤਾਂ ਛੋਟਾ ਸੀ ਨਾ ਬਿਮਾਰ ਹੁੰਦਾ ਸੀ ਇੱਥੋਂ ਦਵਾਈ ਲੈ ਜਾਂਦੀਆਂ ਸੀਗੀਆਂ ਇੱਥੋਂ ਸਾਡੇ ਘਰ ਤੋਂ ਕਾਫੀ ਸਫ਼ਰ ਪੈ ਜਾਂਦਾ ਮੈਨੂੰ ਪ੍ਰਾਈਵੇਟ ਅੱਛਾ ਨੇ ਨਾ 200 ਰੁਪਇਆ ਫੀਸ ਲੈਂਦਾ ਹੁੰਦਾ ਸੀ ਅੱਜ 700 ਲਈ ਹੈ ਭਾਈ 700 ਰੁਪਇਆ ਫੀਸ ਲਈ ਹੈ ਉਹ ਵਕਤ ਹੀ ਬਦਲ ਗਿਆ ਨਾ ਦੌਰ ਹੀ ਬਦਲ ਗਿਆ ਚਲੋ ਕਾਫੀ ਦਿਨ ਹੋ ਗਏ ਸੀ ਮੋਟਰਸਾਈਕਲ ਪੰਚਰ ਨਹੀਂ ਹੋਇਆ ਕਿਉਂਕਿ ਤੁਹਾਨੂੰ ਪਤਾ ਟਾਇਰ ਲੈਂਦੇ ਨੂੰ ਮਸਲਾ ਸੀਗਾ ਤੇ ਅੱਜ ਇੱਥੇ ਆ ਕੇ ਪੰਚਰ ਹੋ ਗਿਆ ਚਲੋ ਕੋਈ ਨਹੀਂ ਨਜ਼ਦੀਕ ਹੀ ਦੁਕਾਨ ਸੀ ਤੇ ਪੰਚਰ ਲਗਵਾ ਲੈਣੇ ਆਂਗੇ ਵੈਸੇ ਨਾ ਮੋਟਰਸਾਈਕਲ ਦੇ ਟਾਇਰ ਨੂੰ ਟੱਕ ਬੜੇ ਲੱਗੇ ਹੋਏ ਨੇਗੇ ਅੱਲਾ ਦਾ ਸ਼ੁਕਰ ਹੈਗਾ ਕਿ ਅੱਗੇ ਇੰਨੇ ਤੰਗ ਨਹੀਂ ਕੀਤਾ ਇਹ ਸਫ਼ਰ ਇਤਨਾ ਕੀਤਾ ਅੱਲਾ ਕਹਿੰਦੇ ਫੈਸਲਾਬਾਦ ਹੀ ਉਸ ਤੋਂ ਬਾਅਦ ਜਾਂਦੇ ਰਹੇ ਕੋਈ ਇਸ਼ੂ ਨਹੀਂ ਬਣਿਆ ਹੈਗਾ ਅੱਜ ਆ ਕੇ ਇੱਥੇ ਪੰਚਰ ਹੋ ਗਏ ਕਿਉਂਕਿ ਇਸ ਰੋਡ 'ਤੇ ਨਾ ਰੋੜੀ ਬਹੁਤ ਜ਼ਿਆਦਾ ਸੀ ਪੱਥਰ ਬਹੁਤ ਜ਼ਿਆਦਾ ਹਾਂ ਉੱਥੇ ਕਿਧਰੇ ਛਾਂ 'ਤੇ ਚਲੇ ਜਾਓ ਪੰਚਰ ਜੀ ਉੱਥੇ ਮੋਟਰਸਾਈਕਲ ਨੂੰ ਲਗਵਾ ਲਿਆ ਸੀਗਾ ਤਾਂ ਡਾਇਰੈਕਟ ਹੀ ਇੱਥੇ ਅਸੀਂ ਮਾਮੂ ਜਾਨ ਹੋਇਆ ਘਰ ਆਇਆਂਗੇ ਕਿਉਂਕਿ ਮਾਮੂ ਜਾਨ ਜਿਹੜੇ ਨੇ ਇਹ ਵੀ ਕਾਫੀ ਦਿਨਾਂ ਤੋਂ ਨਾ ਬੜੇ ਪਰੇਸ਼ਾਨ ਸੀਗੇ ਕਿਉਂਕਿ ਮਾਮੀ ਜਾਨ ਜਿਹੜੀ ਇਹਨਾਂ ਨਾਲ ਲੜ ਕੇ ਚੱਲੀਆਂ ਹੀ ਹੋਈਆਂ ਨੇ ਆਪਣੇ ਪੇਕਿਆਂ 'ਤੇ ਅਤੇ ਬਹੁਤ ਜ਼ਿਆਦਾ ਟੈਨਸ਼ਨ ਨਹੀਂ ਸੀਗਾ ਕਿ ਕੰਮ ਹੀ ਨਹੀਂ ਕਰਦੇ ਆਣਗੇ ਹੁਣ ਤਾਂ ਰੇਹੜੀ ਜਿਹੜੀ ਅੱਜ ਲਾਈ ਹੋਈ ਸੀ ਇਹਨਾਂ ਨੇ ਤਾਂ ਘਰ 'ਚ ਕਚਰਾ ਹੀ ਕਚਰਾ ਹੋਇਆ ਪਿਆ ਸੀਗਾ ਖਾਲਾਂ ਜਾਨ ਜਿਹੜੀਆਂ ਨੇ ਝਾੜੂ ਵਗੈਰਾ ਮਾਰ ਰਹੀਆਂ ਨੇ ਅੰਦਰ ਹੀ ਬਹੁਤ ਜ਼ਿਆਦਾ ਕਚਰਾ ਸੀ ਅੰਦਰੋਂ ਝਾੜੂ ਵਗੈਰਾ ਦੇ ਕੇ ਨਾ ਸਫਾਈ ਕਰਤੀ ਘਰ ਦੀ ਅਤੇ ਘਰ ਦੇ ਨਾ ਸਾਫ਼ ਸੁਥਰਾ ਲੱਗੇ ਕਿਉਂਕਿ ਜਿਹੜਾ ਕੋਈ ਆਉਂਦਾ ਰਿਸ਼ਤੇਦਾਰ ਉਹ ਵੀ ਕਹਿੰਦਾ ਹੋਣਾ ਹੈਗਾ ਕਿ ਲਾਵਾਰਸਾਂ ਇਸ ਤਰ੍ਹਾਂ ਘਰ ਪਿਆ ਹੋਇਆ ਹੈਗਾ ਮਾਮੂ ਜਾਨ ਨੂੰ ਮੈਂ ਸਮਝਾਈ ਦਾ ਹੈਗਾ ਜਿਹੜੀ ਔਰਤ ਨੂੰ ਖੁਦ ਨਹੀਂ ਖਿਆਲ ਹੈਗਾ ਆਪਣੇ ਘਰ ਦਾ ਉਹ ਫਿਰ ਉਹਦਾ ਪਿੱਛੇ ਭੱਜਣ ਦਾ ਕੀ ਫਾਇਦਾ ਹੈਗਾ ਉਹ ਸੋਚਦੇ ਹੀ ਨਹੀਂ ਨੇਗੇ ਕਿ ਆਪਣਾ ਘਰ ਹੈਗਾ ਇਹਦਾ ਕੁਛ ਅਸੀਂ ਬਣਾ ਲਈਏ ਜਿਵੇਂ ਕਿ ਰੰਗ ਵਗੈਰਾ ਹੈਗਾ ਇਹਨਾਂ ਦੇ ਘਰ ਦੇ ਕਾਫੀ ਕੰਮ ਹੋਣ ਵਾਲੇ ਨੇਗੇ ਲੇਕਿਨ ਉਹ ਜਿਸ ਤਰ੍ਹਾਂ ਨੇ ਨਾ ਮੇਰੀ ਮਾਮੀ ਜਾਨ ਉਹਨਾਂ ਨੂੰ ਇਸ ਤਰ੍ਹਾਂ ਦਾ ਸੋਚ ਨਹੀਂ ਇਸ ਸਾਈਡ 'ਤੇ ਜਾਂਦੀ ਹੈਗੀ ਕਾਫੀ ਵੇਰੀ ਅਸੀਂ ਵੀ ਸਮਝਾ ਚੁੱਕੇ ਹਾਂਗੇ ਕਿ ਥੋੜ੍ਹਾ ਥੋੜ੍ਹਾ ਜਮ੍ਹਾਂ ਕਰਕੇ ਆਪਣੇ ਘਰ ਦਾ ਕੁਛ ਕੰਮ ਕਰਾਓ ਹੁਣ ਦੇਖੋ ਨਾ ਅਗਰ ਉਹ ਮੇਰੀ ਨਾਨੀ ਜਾਨ ਹੈਲਪ ਨਾ ਕਰਦੀ ਹਾਂ ਤਾਂ ਇਹ ਕਿੱਥੇ ਹੋ ਪਾਉਣਾ ਸੀਗਾ ਜਿਹੜੀ ਮਿੱਟੀ ਵਗੈਰਾ ਪਈ ਸੀਗੀ ਜਾਂ ਜਿਹੜੇ ਉਹ ਮੇਰੇ ਕਾਫੀ ਭੈਣ ਭਾਈਆਂ ਨੇ ਮਾਮੂ ਜਾਨ ਦੀ ਹੈਲਪ ਕੀਤੀ ਕਿ ਇੰਨਾ ਕੁਛ ਹੋ ਗਿਆ ਸੀਗਾ ਮਿੱਟੀ ਵਗੈਰਾ ਉਹਨਾਂ ਨੇ ਪਵਾ ਲਈ ਬਾਕੀ ਉਹਨਾਂ ਦਾ ਕਾਰੋਬਾਰ ਅੱਛਾ ਖਾਸਾ ਚੱਲ ਰਿਹਾ ਆਲਰੇਡੀ ਵਗੈਰਾ ਲੈ ਕੇ ਆਏ ਸੀਗੇ ਨਾ
ਤੇ ਮੈਂ ਆਲਰੇਡੀ ਵੇਖੀ ਹੈਗੀ ਉੱਤੇ ਨਾ ਗੱਟਾ ਮਿੱਟੀ ਲੱਗਿਆ, ਸੋ ਉਹਨੂੰ ਅੱਛੀ ਤਰ੍ਹਾਂ ਵਾਸ਼ ਕਰਕੇ ਮੈਂ ਰੋਕਤੀ ਹੈਗੀ। ਤੰਮੀ ਜਾਨ ਅੰਦਰ ਹੀ ਬੈਠੀਆਂ ਨਹੀਂ ਆ ਮਾਮੂ ਜਾਨ ਕੋ। ਖਾਲਾ ਨੇ ਇੱਥੇ ਆਪਣੇ ਐਲਪਰ ਹੀ ਲੱਭ ਲੈਣੇ, ਵਾਹ ਹੈਲਪ ਕਰ ਰਹੇ ਨੇਗੇ ਬਾਹਰ ਨਾ ਕਚਰਾ ਸਿੱਟਾਂ ਨੇ ਜੇ। ਚਲੋ ਜੀ ਸਫਾਈ ਹੋ ਗਈ, ਦੇਖੋ ਬੇੜਾ ਕਿਤਨਾ ਖੂਬਸੂਰਤ ਲੱਗ ਰਿਹਾ ਹੈਗਾ ਸਫਾਈ ਹੋਣ ਤੋਂ ਬਾਅਦ। ਇਸ ਤਰ੍ਹਾਂ ਕਿ ਪਹਿਲੇ ਗੱਲ ਕਰ ਰਿਹਾ ਸੀ ਨਾ ਕਿ ਮਾਮੂ ਜਾਨ ਜੇ ਕਮਾ ਕੇ ਲੈ ਆਉਂਦੇ ਨੇ ਮਾਸ਼ਾਅੱਲਾ ਅੱਛਾ ਖਾਸਾ ਦਿਹਾੜੀ ਦਾ 1500-1000 ਕੱਢ ਲੈਂਦੇ ਨੇਗੇ, ਇਹ ਰੇਹੜੀ ਲਾਉਂਦੇ ਨਾ ਫਰੂਟ ਵਾਲੀ ਇਹਦੇ 'ਚ ਅੱਛਾ ਖਾਸਾ ਕੱਢ ਲੈਂਦੇ ਨੇਗੇ। ਲੇਕਿਨ ਫਿਰ ਅੱਗੇ ਘਰ ਔਰਤ ਦੇ ਹਿਸਾਬ ਨਾਲ ਚੱਲਦਾ ਹੈਗਾ, ਔਰਤ ਨੂੰ ਜਦੋਂ ਲਿਆ ਕਮਾ ਕੇ ਦੇਣਾ ਨਾ ਉਹਨੇ ਆਪਣੇ ਹਿਸਾਬ ਨਾਲ ਚਲਾਉਣਾ, ਇਹ ਨਹੀਂ ਕਿ ਆਪਣਾ ਜੁੱਤੀ ਕੱਪੜਾ ਹੀ ਬਸ ਲਈ ਰੱਖਣਾ ਹੈਗਾ, ਹੋਰ ਕੋਈ ਕੰਮ ਕਰਨਾ ਹੈ ਨਹੀਂ ਕਰਨਾ, ਘਰ ਦਾ ਹੀ ਦੇਖਣਾ ਹੁੰਦਾ। ਹੁਣ ਜਿਸ ਤਰ੍ਹਾਂ ਕਿ ਜਦੋਂ ਮਾਮੂ ਦੀ ਸ਼ਾਦੀ ਹੋਈ ਸੀ ਨਾ ਇਹ ਦੋ ਕਮਰੇ ਪਵਾਏ ਸੀ ਅੰਮੀ ਜਾਨ ਨੇ ਰਲ ਕੇ ਨਾਲ, ਮਾਮੂ ਜਾਨ ਅਤੇ ਅੰਮੀ ਜਾਨ ਆਉਂਦੇ ਸੀ, ਇੱਥੇ ਮਜ਼ਦੂਰ ਨਹੀਂ ਰੱਖਿਆ ਸੀ, ਅੰਮੀ ਜਾਨ ਨੇ ਨਾਲ ਕੰਮ ਕਰਕੇ ਪਵਾਏ ਸੀ। ਇਹ ਦੋ ਉਦੋਂ ਦੇ ਕਮਰੇ ਪੈਣ, ਉਦੋਂ ਦਾ ਰੰਗ ਹੋਇਆ ਹੋਇਆ ਅਤੇ ਉਦੋਂ ਦੀ ਇਹ ਵਿੰਡੋ ਜਿਹੜੀ ਨੇ ਤਾਂ ਪਲਸਤਰ ਰੁਕਿਆ ਹੋਇਆ, ਉਸ ਤੋਂ ਬਾਅਦ ਪਲਸਤਰ ਨਹੀਂ ਕਰਵਾ ਪਾਏ ਨੇਗੇ। ਬਸ ਮਾਮੂ ਜਾਨ ਕਮਾ ਕੇ ਲੈਣ ਦੇ ਉਹਨਾਂ ਨੂੰ ਦੇ ਦਿੰਦੇ ਨੇ, ਉਹ ਪਤਾ ਨਹੀਂ ਕਿੱਥੋਂ ਤਾਂ ਕਿੱਥੇ ਉਡਾ ਦਿੰਦੇ ਨੇਗੇ, ਸਮਝ ਹੀ ਨਹੀਂ ਲੱਗਦੀ ਹੈਗੀ। ਲੇਕਿਨ ਉਹਨਾਂ ਘਰ ਦਾ ਮੈਟਰ ਹੈ, ਉਹਦੇ 'ਚ ਸਾਨੂੰ ਨਹੀਂ ਫੀਲ ਦੇਣਾ ਚਾਹੀਦਾ, ਲੇਕਿਨ ਇਹ ਨਾ ਕਿ ਦੇਖਣਾ ਚਾਹੀਦਾ। ਚਾਰ ਦੀਵਾਰੀ ਸੀਗੀ ਉਹਨਾਂ ਦੀ, ਉਹਨਾਂ ਦੇ ਘਰ ਦਾ ਮੈਂ ਪੈਪ ਦੇਖਿਆ ਅਤੇ ਮੈਂ ਖੁਦ ਹੈਰਾਨ ਹੋ ਗਿਆ ਹੈਗਾ ਕਿ ਪੈਪ ਬਹੁਤ ਪੁਰਾਣਾ ਹੈਗਾ ਅਤੇ ਸਿਰਫ ਇੱਤਨ ਤੱਕ ਆ, ਇੱਥੋਂ ਹੀ ਆ ਸਾਰਾ ਫਟਿਆ ਹੋਇਆ ਗੋਆ, ਇਹਦੇ ਨਾਲ ਪਾਣੀ ਵੀ ਛਿੜਕਣ ਲੱਗਿਆ ਹੈਗਾ ਅਤੇ ਅੱਗੇ ਅੱਗੇ ਤਾਂ ਕੱਪੜੇ ਨਹੀਂ ਇੱਤਨ ਤੱਕ, ਇੱਥੇ ਸਾਰਾ ਪਾਣੀ ਡੁੱਲਦਾ ਰਿਹਾ, ਅੱਗੇ ਛਿੜਕੀਜਿਆ ਹੀ ਨਹੀਂ ਹੈਗਾ, ਨਹੀਂ ਤਾਂ ਪੂਰੇ ਘਰ ਠੀਕ ਤਰ੍ਹਾਂ ਪਾਣੀ ਛਿੜਕ ਦਿੰਦੇ। ਚਲੋ ਛੱਡੋ, ਬਾਕੀ ਚੱਲ ਕੇ ਅੰਦਰ ਮਾਮੂ ਜਾਣ ਕੁਛ ਟਾਈਮ ਬੈਠਣੇ, ਉਸ ਤੋਂ ਬਾਅਦ ਫਿਰ ਚੱਲਣੇ ਆ ਘਰ ਲਈ। ਅੱਗੇ ਮਾਮੂ ਜਾਨ ਦੱਸ ਰਹੇ ਨੇਗੇ ਦੋ ਤਿੰਨ ਦਿਨ ਰੇਹੜੀ ਜਿਹੜੀ ਨਾ ਪੰਚਰ ਖੜੀ ਰਹੀ ਹੈਗੀ, ਅਤੇ ਫਿਰ ਕਿਤੇ ਮਜ਼ਦੂਰੀ ਵਗੈਰਾ ਕੀਤੀ ਮਿਸਤਰੀਆਂ ਨਾਲ ਇਹਨਾਂ ਨੇ, ਅਤੇ ਫਿਰ ਇਹਦੀ ਟੂਬ ਵਗੈਰਾ ਚੇਂਜ ਕਰਾਈ ਹੈ, ਟੂਬ ਆ ਚੇਂਜ ਕਰਾਈ, ਫਿਰ ਉਵੇਂ ਪੰਚਰ ਹੋਇਆ ਖੜਾ, ਹੁਣ ਹੀ ਕਿੱਧਰੋਂ ਉਹਨਾਂ ਦਿਹਾੜੀ ਕਰਕੇ ਸਮਝ ਲਓ ਕਿ ਤਰਬੂਜ਼ ਵਗੈਰਾ ਕਹਿ ਰਹੇ ਲਿਆ ਸੀ ਉਹ ਸੇਲ ਕਰਕੇ, ਤਾਂ ਹੁਣ ਉਹ ਨਹੀਂ ਆਇਆ ਹੈਗਾ, ਅਤੇ ਫਿਰ ਉਵੇਂ ਪੰਚਰ ਹੋਈ ਸੀ। ਇਹਦੇ ਟੂਬ ਨਵੀਂ ਪਵਾਈ ਹੈ ਘੋ, ਦੂਸਰੇ ਕਹਿੰਦੇ ਸੀ ਤੂੰ ਜਿਹਦੇ ਕੋ ਪਵਾਏ, ਅੱਛਾ ਟਾਇਰ ਨੂੰ, ਉਹ ਤਾਂ ਮੇਰੇ ਮੋਟਰਸਾਈਕਲ ਨੇ ਹੀ ਰੋਲਾ ਹੈਗਾ, ਇਹਦੇ ਟਾਇਰ ਥੱਲੇ ਨਾ ਗੱਤਕਾ ਜਿਹਾ ਰੱਖਾ ਉਹਦੇ ਨਾਲ, ਫਿਰ ਚਲੋ ਵੇਖ ਲਓ ਹੁਣ ਥੱਲੇ ਉਹ ਮੋਟੀ ਜਿਹੜਾ ਟਾਇਰ ਕੱਟ ਕੇ ਪਾ ਦੇਣਗੇ ਉਹਦੇ ਨਾਲ ਗੁਜ਼ਾਰਾ ਹੋ ਜਾਂਦਾ ਜੀ। ਫਿਰ ਘਰ ਚੱਲਣੇ ਆ ਗਏ, ਬੱਚੇ ਵੀ ਸਾਰੇ ਖੇਲਣ ਆ ਗਏ ਨੇ, ਅਤੇ ਨਾਲ ਖੁੱਲ੍ਹਾ ਮੈਦਾਨ ਮਿਲ ਗਿਆ ਨੇ ਸਾਰੇ ਪਰਲੇ ਪੜੋਸੀਆਂ ਦੇ ਨੇਗੇ। ਚਲੀਏ ਕਿਉਂ ਜੀ, ਫਿਰ ਇਸ ਸਾਈਡ 'ਤੇ ਆ ਹੀ ਗਏ ਆ ਗਏ, ਅਤੇ ਇੱਥੇ ਅੰਬਾਂ ਦਾ ਬਾਗ ਹੈ, ਉਹ ਵੀ ਤੁਹਾਨੂੰ ਵਿਜ਼ਿਟ ਕਰਾਉਣਾ ਆ ਗਿਆ, ਉਦੋਂ ਮਿਰਚਾਂ ਦਾ ਖੇਤ ਦੇ ਅੱਗੇ ਦਿਖਾਇਆ ਸੀਗਾ, ਤੁਹਾਨੂੰ ਯਾਦ ਹੀ ਹੋਣਾ ਹੈਗਾ। ਇਸ ਸਾਈਡ 'ਤੇ ਆ ਰਹੀਆਂ ਮਿਰਚਾਂ ਗੜੀਆਂ ਹੋਈਆਂ ਨੇਗੇ ਦੇਸੀ, ਲਾਲ ਲਾਲ ਮਿਰਚਾਂ ਉੱਤੇ ਹੋਈਆਂ ਖੜੀਆਂ ਸਾਰੀਆਂ, ਜਿਹੜੀਆਂ ਨੇ ਚੁਣਾਈ ਕਰ ਰਹੇ ਨੇਗੇ। ਅੰਮੀ ਜਾਣ ਇੱਥੇ ਸਾੜ ਕਿੰਨਾ ਹੈਗਾ ਇਹਨਾਂ ਮਿਰਚਾਂ ਦਾ, ਸਮੈਲ ਬੜੀ ਹੈਗੀ। ਪਰਲੀ ਸਾਈਡ 'ਤੇ ਉਹਨਾਂ ਨੇ ਸ਼ਿਮਲਾ ਮਿਰਚਾਂ ਹੀ ਗੜੀਆਂ ਹੋਈਆਂ ਨੇ, ਅੱਗੇ ਦਿਖਾਈਆਂ ਸੀ ਤੁਹਾਨੂੰ, ਲੇਕਿਨ ਉਹ ਅੱਗੇ ਅੰਬਾਂ ਦਾ ਬਾਗ ਆ, ਅੰਬ ਲੱਗੇ ਹੋਣ ਉਹਦੇ 'ਤੇ, ਉਹ ਚੱਲ ਕੇ ਤੁਹਾਨੂੰ ਦਿਖਾਉਣਾ। ਸੂਰਜ ਜੀ ਗਰੂਬ ਹੋਣ ਵਾਲਾ ਜਿਵੇਂ ਕਿ ਤੁਹਾਨੂੰ ਪਤਾ ਹੈ, 4 ਵਜੇ ਤਾਂ ਤਕਰੀਬਨ 5 ਤਾਂ ਸਾਨੂੰ ਉੱਥੇ ਵੱਜ ਗਏ ਸੀ, 1 ਘੰਟੇ 'ਚ ਅਸੀਂ ਵਾਪਸ ਇੱਧਰ ਹਟੇ ਆਵਾਂਗੇ, 6 ਵਜਿਆਂ ਨਾਲ ਆਉਣੇ ਨੇਗੇ। ਚੱਲਣੇ ਆ ਇੱਥੇ, ਗੱਟਾ ਮਿੱਟੀ ਬਹੁਤ ਜ਼ਿਆਦਾ, ਬਹੁਤ ਜਿਵੇਂ ਉਹ ਨਹੀਂ ਦਰਿਆ ਰਾਵੀ ਧੋਣ ਦੀ ਰੇਤ, ਉਸ ਤਰ੍ਹਾਂ ਰੇਤ ਦੀ ਤਰ੍ਹਾਂ ਹੀ ਹੈਗਾ। ਇਹ ਦੇਖੋ ਸ਼ਿਮਲਾ ਮਿਰਚਾਂ ਲੱਗੀਆਂ ਹੋਈਆਂ ਨੇ ਇੱਥੇ, ਕੀ ਹੈ ਜੀ ਮਿੱਟੀ ਹੈ ਨਾ ਇਸ ਜਗ੍ਹਾ 'ਤੇ ਬਾਈ ਸਾਹਿਬ, ਬਹੁਤ ਜ਼ਿਆਦਾ ਦੇਖੋ ਗੱਟਾ ਹੀ ਗੱਟਾ ਹੈਗਾ। ਅਤੇ ਇੱਥੇ ਮੈਂ ਰੁਕਿਆ ਸੀ ਸਿਰਫ ਤੁਹਾਨੂੰ ਇਹ ਅੰਬ ਦਿਖਾਉਣ ਲਈ, ਮਾਸ਼ਾਅੱਲਾ ਇਹ ਦੁਸਹਿਰੀ ਅੰਬ ਲੱਗੇ ਹੋਏ ਨੇਗੇ ਇਹਨਾਂ 'ਤੇ, ਅਤੇ ਕਾਫੀ ਵੱਡੇ ਵੱਡੇ ਹੋਏ ਨੇ, ਅਚਾਰੀ ਅੰਬੀਆਂ ਵੀ ਇਹਨਾਂ ਨੂੰ ਸਮਝ ਲਓ, ਅਤੇ ਵੈਸੇ ਅਗਰ ਇਹਨਾਂ ਨੂੰ ਪਹਿਲ ਲਾਈ ਜਾਵੇ ਤਾਂ ਇਹ ਪੱਕ ਕੇ ਅੰਬ ਵੀ ਤਿਆਰ ਹੋ ਜਾਂਦੇ ਨੇ। ਕੁਛ ਦਿਨ ਪਹਿਲੇ ਮੈਂ ਆਇਆ ਸੀ ਤੁਹਾਨੂੰ ਇਹ ਦਿਖਾਏ ਸੀ ਪੌਦੇ, ਉਦੋਂ ਛੋਟੇ ਛੋਟੇ ਇਹਨਾਂ 'ਤੇ ਲੱਗੇ ਹੋਏ ਸੀਗੇ, ਮਾਸ਼ਾਅੱਲਾ ਹੁਣ ਤਾਂ ਤੁਸੀਂ ਖੁਦ ਦੇਖ ਲਓ ਕਾਫੀ ਵੱਡੇ ਵੱਡੇ ਹੋ ਗਏ ਨੇਗੇ, ਅਤੇ ਇੱਥੇ ਥੱਲੇ ਥੱਲੇ ਤੱਕ ਲੱਗੇ, ਕਿਉਂਕਿ ਇੱਥੇ ਬੱਚੇ ਵਗੈਰਾ ਆਉਂਦੇ ਨਹੀਂ ਨੇ, ਤੋੜਦੇ ਨਹੀਂ ਨੇਗੇ, ਅਤੇ ਭਰੇ ਹੋਏ ਨੇਗੇ ਸਾਰੇ ਪੌਦੇ ਉੱਤੇ ਤੱਕ, ਐਵੇਂ ਹੀ ਸਾਰੇ ਭਰੇ ਹੋਏ ਨੇ ਮਾਸ਼ਾਅੱਲਾ, ਬਹੁਤ ਪਿਆਰੇ ਅੰਬ ਲੱਗੇ ਹੋਏ ਨੇ, ਚੈੱਕ ਕਰੋ ਜੀ।
ਤੇ ਇਹ ਜੀ ਪਤਾ ਨਹੀਂ ਅਨਵਰ ਲਟੋਰ ਅੰਬ ਹੈਗਾ ਕਿ ਦੇਸੀ ਅੰਬ ਹੈ, ਮੈਨੂੰ ਇਤਨੀ ਇਹਦੀ ਜ਼ਿਆਦਾ ਨਸਲ ਦੀ ਪਹਿਚਾਣ ਨਹੀਂ ਹੈਗੀ। ਉਹ ਦੁਸ਼ਹਿਰੀ ਸੀਗਾ ਜਿਹੜਾ ਇਹ ਸਾਰਾ ਭਰਿਆ ਹੋਇਆ ਉਤੋਂ ਪੌਦਾ, ਦੇਖੋ ਨਾ ਮੁਕੰਮਲ ਲੱਦਿਆ ਹੋਇਆ ਹੈਗਾ ਉਤੋਂ ਫਲ ਨਾਲ। ਕਿਆ ਬਾਤ ਹੈ ਜੀ, ਚੈੱਕ ਕਰੋ ਜੀ, ਮਾਸ਼ਾ ਅੱਲਾਹ ਕਿਆ ਬਾਤ ਹੈ। ਇੱਕ ਇੱਕ ਟਹਿਣੀ ਜਿਹੜੀ ਹੈ ਨਾ ਭਰੀ ਹੋਈ ਹੈਗੀ ਫਲ ਨਾਲ, ਮਾਸ਼ਾ ਅੱਲਾਹ। ਪਤਾ ਨਹੀਂ ਇਹ ਹੁਣ ਅਨਵਰ ਲਟੋਰ ਅੰਬ ਹੈ ਜਾਂ ਦੇਸੀ ਹੈ, ਲੇਕਿਨ ਮਾਸ਼ਾ ਅੱਲਾ ਇਹਦੀ ਜਿਹੜਾ ਸਾਰੀਆਂ ਟਹਿਣੀਆਂ ਭਰੀਆਂ ਹੋਈਆਂ ਨੇਗੀਆਂ ਉਤੋਂ ਫਲ ਨਾਲ। ਚੈੱਕ ਕਰੋ ਜੀ ਮਾਸ਼ਾ ਅੱਲਾ, ਇਹਨੇ ਕਲਰ ਚੇਂਜ ਕਰਨਾ ਸ਼ੁਰੂ ਕਰਤਾ ਹੈਗਾ, ਇਹਨੂੰ ਹੁਣ ਪੈਰ ਲਾਉਣ ਦੇ ਬਿਲਕੁਲ ਤਿਆਰ ਹੈਗਾ। ਅਤੇ ਵੈਸੇ ਇਹਦਾ ਅਚਾਰ ਵਗੈਰਾ ਵੀ ਪਾਇਆ ਜਾ ਸਕਦਾ। ਇਸ ਸਾਈਡ 'ਤੇ ਜ਼ਿਆਦਾ ਨੇ, ਪਤਾ ਨਹੀਂ ਕੀ ਵਜ੍ਹਾ ਹੈਗੀ, ਉਹ ਦੂਸਰੇ ਪੌਦੇ 'ਤੇ ਜ਼ਿਆਦਾ ਸੀ ਇਸੇ ਸਾਈਡ 'ਤੇ, ਅਤੇ ਇਹਦੇ ਮਾਸ਼ਾ ਅੱਲਾ ਇਸੇ ਸਾਈਡ 'ਤੇ ਬਹੁਤ ਜ਼ਿਆਦਾ ਅੰਬ ਲੱਗੇ ਹੋਣਗੇ। ਕਿਆ ਬਾਤ ਹੈ ਮਾਸ਼ਾ ਅੱਲਾ, ਅੱਲਾ ਪਾਕ ਬਦ ਨਜ਼ਰ ਤੋਂ ਬਚਾਵੇ ਜਿਹਨਾਂ ਦੇ ਨਹੀਂ ਗਏ, ਅੱਲਾ ਪਾਕ ਉਹਨਾਂ ਨੂੰ ਹੋਰ ਜ਼ਿਆਦਾ ਰਿਜ਼ਕ ਦੇਵੇ। ਉਹ ਸਾਹਮਣੇ ਦੇਖੋ ਨਾ ਕਿੰਨਾ ਵੱਡਾ ਬਾਗ ਹੈਗਾ। ਇਨਸ਼ਾ ਅੱਲਾ ਤਾਲਾ ਅਨ ਕਰੀਬ ਨਾ ਜਦੋਂ ਜ਼ਿਆਦਾ ਅੰਬ ਤਿਆਰ ਹੋ ਜਾਏ, ਇਹਨਾਂ ਨੇ ਥੋੜ੍ਹਾ ਕਲਰ ਵਾਲੀ ਚੇਂਜ ਕਰਨਾ, ਵੱਡੇ ਵੀ ਹੋਣਗੇ, ਉਦੋਂ ਫਿਰ ਆ ਕੇ ਨਾ ਉਹ ਜਿਹਾ ਸਾਹਮਣੇ ਬਾਗ ਹੈਗਾ ਉਹਦਾ ਤੁਹਾਨੂੰ ਵਿਜ਼ਿਟ ਕਰਾਵਾਂਗਾ ਮੁਕੰਮਲ। ਮੈਂ ਮਾਲਕਾਂ ਦਾ ਹਾਲੀ ਤੱਕ ਪਤਾ ਕਰ ਲਿਆ, ਹੁਣ ਮਾਲਕਾਂ ਨਾਲ ਗੱਲਬਾਤ ਕਰਕੇ ਬੰਦਾ ਵਿਜ਼ਿਟ ਕਰਾਵੇ ਨਾ ਫਿਰ ਹੋਰ ਗੱਲ ਹੁੰਦੀ। ਇਹਨਾਂ ਕੋਈ ਇਜਾਜ਼ਤ ਨਹੀਂ ਲਈ ਹੈ, ਇੱਥੇ ਮੈਂ ਖੜਾ ਹਾਂਗਾ, ਅਗਰ ਕੋਈ ਆ ਗਿਆ ਹੁਣ ਮੈਂ ਕਹਾਂਗਾ ਬਾਈ ਮੈਂ ਤਾਂ ਵਲੌਗ ਬਣਾ ਰਿਹਾ, ਕਿਉਂਕਿ ਜ਼ਿਆਦਾ ਬੰਦੇ ਉਹਨੇ ਇਤਰਾਜ਼ ਕਰਦੇ ਨੇਗੇ ਕਿ ਤੁਸੀਂ ਕਿਉਂ ਸਾਡੇ ਫਲਾਂ ਨੂੰ ਛੇੜ ਰਹੇ ਹੋ। ਵੈਸੇ ਤਾਂ ਇੱਥੋਂ ਅਗਰ ਇੱਕ ਅੱਧੀ ਖਾਣ ਵਾਸਤੇ ਤੋੜ ਲਈ ਉਹਦਾ ਨਹੀਂ ਇਸ਼ੂ ਹੁੰਦਾ, ਲੇਕਿਨ ਕੁਛ ਹੁੰਦੇ ਨੇਗੇ ਬਾਈ ਪਤਾ ਨਹੀਂ ਘਰੋਂ ਖਰਚੇ ਤੰਗ ਹੁੰਦੇ, ਮਜਬੂਰੀ ਹੁੰਦੀ ਹੋਣੀ ਉਹਨਾਂ ਦੀ, ਉਹ ਫਿਰ ਨਾ ਜਿਵੇਂ ਇੱਥੇ ਖੜੇ ਨੇਗੇ ਉੱਥੋਂ ਤੋੜਾ ਭਰ ਕੇ ਤੋੜ ਕੇ ਲੈ ਜਾਵਣਗੇ, ਵੇਚ ਦੇਵਣਗੇ ਅੱਗੇ ਜਾ ਕੇ। ਇਸ ਤਰ੍ਹਾਂ ਦੇ ਕੁਛ ਲੋਕ ਹੁੰਦੇ ਨੇ ਜਿਹਨਾਂ ਵਜ੍ਹਾ ਤੋਂ ਨਾ ਫਿਰ ਬੰਦਿਆਂ ਦਾ ਇਤਬਾਰ ਨਹੀਂ ਰਿਹਾ ਹੈਗਾ। ਪਹਿਲੇ ਸਾਡੇ ਇਲਾਕਿਆਂ 'ਚ ਇਸ ਤਰ੍ਹਾਂ ਹੁੰਦਾ ਸੀਗਾ ਕਿ ਚਾਹੇ ਕੋਈ ਨਾ 5-6 ਕਿਲੋ ਤੋੜ ਕੇ ਘਰ ਵਾਸਤੇ ਅਚਾਰ ਕਰਨ ਲੈ ਜਾਂਦਾ ਸੀ, ਅੰਬ ਕੋਈ ਕਹਿੰਦਾ ਕੁਛ ਨਹੀਂ ਸੀਗਾ, ਲੇਕਿਨ ਬੰਦਿਆਂ ਨੇ ਨਾ ਫਿਰ ਇੰਝ ਕਰਨਾ ਸ਼ੁਰੂ ਕਰਤਾ ਕਿ ਜਿਵੇਂ ਪੌਦਾ ਖੜ੍ਹਾ ਨਾ ਪੌਦੇ ਚੜ੍ਹ ਕੇ ਸਾਰੇ ਅੰਬ ਲਾਹ ਲੈਣੇ ਨੇ ਇੱਕ ਜਣੇ ਨੇ। ਉਹ ਫਿਰ ਉਹਨਾਂ ਨੇ ਉਹ ਨਹੀਂ ਗੱਲ ਹੁਣ ਰੱਖੀ ਹੋਈ ਹੈਗੀ, ਜ਼ਿਆਦਾਤਰ ਬੰਦੇ ਇਤਬਾਰ ਨਹੀਂ ਹੁਣ ਕਰਦੇ ਨੇ। ਵੈਸੇ ਮਾਸ਼ਾ ਅੱਲਾ ਦਿਲ ਕਰ ਰਿਹਾ ਬਾਰ ਬਾਰ ਹੀ ਦੰਦ ਦਿਖਾਈ ਜਾਵਾਂ, ਅਤੇ ਅੰਮੀ ਦਿਖਾ ਲਾ ਅੱਗੇ ਪੈਦਲ ਚੱਲ ਕੇ ਜਾ ਰਹੀ, ਕਿਉਂਕਿ ਅੱਗੇ ਗੱਟਾ ਬਹੁਤ ਜ਼ਿਆਦਾ ਹੈਗਾ। ਅੱਗੇ ਚੱਲਿਆ ਨਾ ਅੱਗੇ ਪਿਆਰੇ ਪਿਆਰੇ ਅੰਬ ਦੰਦ ਤੋੜ ਦਿਖਾਉਂਦਾ ਜਾਵਾਂਗਾ, ਪੌਦੇ ਤਾਂ ਤੋੜ ਤੱਕ ਹੀ ਲੱਦੇ ਹੋਣੇ ਸਾਰੇ ਅੰਬਾਂ ਨਾਲ। ਪਹਿਲੇ ਮੈਂ ਉੱਥੇ ਖਲੋਕ ਦੰਦ ਦਿਖਾ ਰਿਹਾ ਸੀ, ਇੱਥੇ ਅੱਗੇ ਆਇਆ ਅੱਗੇ, ਤਾਂ ਇੱਥੇ ਮਾਸ਼ਾ ਅੱਲਾ ਜੀ ਦੁਸ਼ਹਿਰੀ ਅੰਬ ਦਾ ਪੌਦਾ, ਕਿਆ ਬਾਤ ਹੈ ਜੀ, ਸਾਰਾ ਹੀ ਭਰਿਆ ਹੋਇਆ ਦੁਸ਼ਹਿਰੀ ਅੰਬ ਲੱਗੇ ਹੋਏ ਨੇਗੇ। ਬਹੁਤ ਮਿੱਠੇ ਹੁੰਦੇ ਨੇਗੇ, ਜਿਵੇਂ ਕਿ ਉੱਥੇ ਦੰਦ ਦਿਖਾ ਰਿਹਾ ਸੀ ਉਹਦੇ ਛੋਟੇ ਛੋਟੇ ਸੀ ਨਾ, ਇਹ ਪੈਲ ਦੇ ਕਾਬਲ ਨੇਗੇ, ਇਹਨੂੰ ਪੈਲ ਹੁਣ ਲਾਈ ਜਾਵੇਗੀ ਤੋੜ ਕੇ ਨਾ, ਅਤੇ ਇਹਨੇ ਪੈਲ ਲਾਈ ਜਾਵੇਗੀ ਪਰਲੀ ਸਾਈਡ 'ਤੇ, ਸਾਰੇ ਲਟਕੇ ਹੋਏ ਨੇ ਉੱਤੋਂ ਪੌਦਾ ਨਾ ਸਾਰਾ ਲਟਕੇ ਹੋਇਆ ਹੈਗਾ। ਕਿਆ ਬਾਤ ਹੈ, ਇੱਥੇ ਤਾਂ ਪੈ ਨੇ ਡੂਮਣੇ ਦੀ ਮੱਖੀਆਂ, ਮਤਲਬ ਕਿ ਸ਼ਹਿਦ ਦੀਆਂ ਮੱਖੀਆਂ, ਅਤੇ ਉਹਨਾਂ ਨੇ ਡੱਬੇ ਰੱਖੇ ਹੋਣੇ ਅਤੇ ਉੱਡ ਉੱਡ ਕੇ ਵੱਜਦੀਆਂ ਨੇ। ਉਹ ਨਾ ਹੋਵੇ ਮੈਨੂੰ ਲਾੜੀ ਨਾ ਜਾਣ, ਬਾਈ ਸਾਹਿਬ ਇੱਥੋਂ ਤਿਲਕੀਏ ਚਲੀਏ ਹੁਣ ਫਿਰ ਅੱਗੇ। ਉਹ ਵੈਸੇ ਤਾਂ ਵੱਡਾ ਬਾਗ, ਇਨਸ਼ਾ ਅੱਲਾ ਤਾਲਾ ਇੱਕ ਦਿਨ ਆਵਾਂਗੇ ਤੁਹਾਨੂੰ ਦੱਸ ਰਿਹਾ, ਸੁਣਦਾ ਜਦੋਂ ਵਿਜ਼ਿਟ ਕਰਾਵਾਂਗਾ। ਇਹ ਦੇਸੀ ਅੰਬ ਖੜੇ ਨੇਗੇ, ਇਹਦੇ 'ਚ ਮਾਸ਼ਾ ਅੱਲਾ ਲੱਗੇ ਹੁਣ ਹਰੇ ਹਰੇ ਅੰਬ। ਅਚਾਰ ਹੀ ਜ਼ਿਆਦਾਤਰ ਅਚਾਰ 'ਚ ਇਸਤੇਮਾਲ ਹੁੰਦੇ ਨੇ, ਦੇਸੀ ਜਿਹੜਾ ਅਚਾਰ ਹੈ ਨਾ ਉਹਨਾਂ ਦਾ ਹੀ ਬਣਦਾ ਹੈਗਾ, ਜਿਹੜੇ ਵੱਡੇ ਵੱਡੇ ਪੌਦੇ ਖੜੇ ਨੇ ਇਹਨਾਂ ਦਾ। ਕਿਆ ਬਾਤ ਹੈ ਜੀ, ਅੱਲਾ ਪਾਕ ਤੇਰੀ ਕੁਦਰਤ ਫਬੀ ਆਈ ਯਾ ਅੱਲਾ ਫਿਰ ਰੱਬੀ ਕੁਮਾ ਤੂੰ ਕਰਦੀ ਵਾ। ਵੈਸੇ ਜਦੋਂ ਇਸ ਰਸਤੇ 'ਤੇ ਮੋਟਰਸਾਈਕਲ ਚਲਾਈ ਦਾ ਨਾਲ ਅਸੀਂ ਖੁਦ ਦੇਖ ਲਓ ਕੀ ਸੂਰਤ ਹਾਲ ਹੋ ਜਾਂਦੀ ਹੈਗੀ। ਅੰਮੀ ਜਾਣ ਵੀ ਪੈਦਲ ਚੱਲ ਕੇ ਆ ਰਹੇ ਨੇ, ਇਸ ਤੋਂ ਅੱਗੇ ਰਸਤਾ ਮਾਸ਼ਾ ਅੱਲਾ ਸਾਫ਼ ਹੈਗਾ, ਫਿਰ ਅੱਗੇ ਤੇਜ਼ੀ ਨਾਲ ਚੱਲਣੇ ਆਗੇ। ਇਹ ਵੀ ਦੇਸੀ ਅੰਬ ਲੱਗੇ ਹੋਏ ਨੇਗੇ, ਕਿਆ ਬਾਤ ਹੈ ਜੀ। ਇਸ ਇਲਾਕੇ ਜ਼ਿਆਦਾ ਸਾਡੇ ਕੋਲ ਅੰਬ ਨੇਗੇ, ਇਹ ਅੰਮੀ ਜਾਣ ਔਰ ਜਿਹੜਾ ਸਮਲ ਪੇਕਾ ਪਿੰਡ ਮੇਰਾ ਨਾਨਕੇ ਪਿੰਡ ਦੇ ਕਰੀਬ ਹੀ ਇਹ ਜਗ੍ਹਾ ਬਹਿ ਜਾਂਦੀ ਹੈਗੀ, ਅਤੇ ਇੱਥੇ ਅੰਬ ਵਗੈਰਾ ਲੱਗੇ ਹੋਏ ਨੇਗੇ, ਕਿਆ ਬਾਤ ਹੈ ਜੀ। ਅਸੀਂ ਕਦੇ ਹਮੇਸ਼ਾ ਬੈਂਕ ਵਗੈਰਾ ਆਈਦਾ ਨਾ, ਅਤੇ ਅਸੀਂ ਰਸਤੇ ਤੋਂ ਆਉਂਦੇ ਹੁੰਦੇ, ਕਿਉਂਕਿ ਮੇਰੇ ਜਿਹੜਾ ਨਾਨਕਾ ਪਿੰਡ ਹੈਗਾ ਉਹਦੇ ਕਰੀਬ ਹੀ ਬੈਂਕ ਵਾਲਾ ਜਿਹੜਾ ਨਾ ਸ਼ਹਿਰ ਹੈਗਾ ਜਿੱਥੇ ਬੈਂਕ ਬਣਿਆ ਹੋਇਆ ਹੈਗਾ, ਉੱਥੇ ਫਿਰ ਅਸੀਂ ਚਲੋ ਕੋਈ ਨਹੀਂ ਹੁਣ ਚੱਲੇ ਆਗੇ। ਦੇਖੋ ਮਾਸ਼ਾ ਅੱਲਾ ਜਾਣਾ ਸਾਰੇ ਦੇਸੀ ਨੇ ਨਾ ਅੰਬ। ਅਨਵਰ ਲਟੋਰ ਇੱਕ ਹੁੰਦਾ ਨਾ, ਉਹ ਵੀ ਐਵੇਂ ਦਾ ਹੁੰਦਾ, ਉੱਥੇ ਛੋਟਾ ਜਿਹਾ ਖੜਾ ਸੀ ਮੈਨੂੰ ਉਹ ਲੱਗਿਆ ਅਨਵਰ ਲਟੋਰ ਹੈ, ਤਾਂ ਨਹੀਂ ਦੇਸੀ ਨੇ।
ਚਲੋ ਚਲੀਏ ਅੱਗੇ ਹੁਣ ਫਿਰ ਘਰ ਬਸ ਇੱਥੇ ਗਿਆ ਥੋੜ੍ਹਾ ਗੱਟਾ ਉਸ ਅੱਗੇ ਸਾਫ਼ ਸਾਰਾ ਰਸਤਾ ਪਿਆ ਸੀ ਬੜੀ ਲੱਗ ਗਈ ਆਈ ਅਤੇ ਪੈਰ ਵੀ ਬਹੁਤ ਜ਼ਿਆਦਾ ਤਰਾਕ ਗਏ ਨੇ ਮੋਟਰਸਾਈਕਲ ਤਰਾਕ ਗਿਆ ਸੀ ਇੱਥੇ ਟਿਊਬਵੈਲ ਉਹਨਾਂ ਨੇ ਚਲਾਇਆ ਮੈਨੂੰ ਲੱਗਦਾ ਇਸੇ ਲਈ ਕਿ ਜੇ ਅੱਗੋਂ ਤਰਾਕ ਕੇ ਆਵੇ ਨਾ ਅਤੇ ਇੱਕ ਤਾਂ ਮੂੰਹ ਹੱਥ ਧੋ ਲਵੇ ਅਤੇ ਫਿਰ ਪਾਣੀ ਪੂਣੀ ਪੀ ਲਵੇ ਸਾਹ ਕੱਢ ਲਵੇ ਅਤੇ ਇੱਥੇ ਇੰਨਾ ਪਾਣੀ ਪੀ ਲੈਂਦੇ ਆ ਗਏ ਅਤੇ ਪੈਰ ਪੂਰੀ ਧੋ ਲੈਂਦੇ ਆ ਦੇਖੋ ਕਿਤਨਾ ਗੱਟਾ ਲੱਗਿਆ ਅਤੇ ਮੋਟਰਸਾਈਕਲ ਦੀ ਇਸ ਨਾਲ ਬੁਰੀ ਹਾਲਤ ਹੈ ਅੰਮੀ ਜਾਨ ਨੂੰ ਪਿਆਸ ਲੱਗੀ ਸੀ ਇਸ ਵਜ੍ਹਾ ਤੋਂ ਇਹਨਾਂ ਦੀ ਤਬੀਅਤ ਜਿਹੜੀ ਨਾ ਖਰਾਬ ਹੋਈ ਖੜੀ ਹੈ ਮਾਸ਼ਾਅੱਲਾ ਕਿਤਨਾ ਖੂਬਸੂਰਤ ਵਿਊ ਹੈ ਜੀ ਚਲੋ ਕੋਈ ਨਾ ਪਾਣੀ ਵਗੈਰਾ ਪੀਓ ਅੱਲਾ ਪਾਸ ਕਰਮ ਕਰੇਗਾ ਅਤੇ ਉਹ ਸਾਹਮਣੇ ਅੰਕਲ ਪਾਣੀ ਲਾਉਂਦੇ ਫਿਰਦੇ ਨੇ ਗੇ ਅੰਮੀ ਜਾਨ ਦੀ ਤਬੀਅਤ ਖਰਾਬ ਹੋਈ ਖੜੀ ਹੈਗੀ ਅਤੇ ਮੋਟਰਸਾਈਕਲ ਗਰ ਜਾ ਕੇ ਦੋਵਾਂ ਗਾ ਦੇਖੋ ਨਾ ਆਪਣੇ ਬੇਟੇ ਨਾਲ ਦਵਾਈ ਦੇਣ ਲੱਗੀ ਆ ਮੱਛਰ ਵੀ ਇੱਥੇ ਬਾਹਰ ਬਹੁਤ ਜ਼ਿਆਦਾ ਹੈਗਾ ਅਤੇ ਉਦੋਂ ਨਾ ਉਹਨਾਂ ਨੇ ਇਹ ਦੋ ਸਿਰਫ ਦਿੱਤੇ ਨੇ ਗੇ ਇਹ ਦਿਨ 'ਚ ਅੱਧਾ ਅੱਧਾ ਚਮਚ ਇਹਨੂੰ ਦੇਣਾ ਇੱਕ ਇੱਕ ਵਾਰੀ ਇਹ ਤਾਕਤ ਵਾਲੇ ਨੇ ਗੇ ਕੋਈ ਅਤੇ ਬਾਕੀ ਉਹਨਾਂ ਨੇ ਆ ਸਿਰੀ ਲੈਂਦੇ ਦਿੱਤਾ ਹੈਗਾ ਕਹਿ ਰਹੇ ਸੀਗੇ ਕਿ ਇਹ ਜਿਹੜਾ ਦਿਨ ਜਿਤਨੀ ਵੇਰੀ ਸੀ ਬੱਚੇ ਨੂੰ ਖਿਲਾਓ ਜਿਤਨੀ ਇਹਨੂੰ ਭੁੱਖ ਲੱਗੇ ਉਤਨਾ ਹੀ ਖਿਲਾਉਣਾ ਖਾ ਲਾ ਜਾਣ ਤੁਸੀਂ ਇਹ ਜਿਤਨਾ ਹੀ ਹੋ ਸਕੇ ਇਹਨੂੰ ਖਿਲਾਓ ਕਹਿੰਦੇ ਜਿਹੜਾ ਤਾਕਤ ਵਾਲਾ ਹੀ ਹੁੰਦਾ ਹੈਗਾ ਅਤੇ ਕਮਜ਼ੋਰੀ ਹੈਗੀ ਉਹ ਠੀਕ ਹੋ ਜਾਵੇਗਾ ਬਾਕੀ ਇਹਨੂੰ ਦਵਾਈ ਦਿਓ ਅੱਲਾ ਪਾਕ ਕਰਮ ਕਰੇਗਾ ਭੈਣ ਭਾਈ ਮੇਰੇ ਸਾਰੇ ਦੁਆ ਕਰਨਗੇ ਅਤੇ ਬੱਚੇ ਲਈ ਦੁਆ ਕਰਨੀ ਕਿ ਅੱਲਾ ਪਾਕ ਇਹਨੂੰ ਜਲਦ ਤੋਂ ਜਲਦ ਸਿਹਤ ਯਾਦ ਕਰ ਦਿਓ ਅਤੇ ਨੂਰ ਨੇ ਸਾਈਕਲ ਦੇ ਸਾਰੇ ਰੈਪਰ ਵਗੈਰਾ ਲਾਹ ਤੇ ਹੁਣ ਮਾਸ਼ਾਅੱਲਾ ਦੇਖੋ ਕਿਤਨੀ ਪਿਆਰੀ ਲੱਗ ਰਹੀ ਹੈਗੀ ਅਤੇ ਸਾਰਾ ਦਿਨ ਚਲਾਉਂਦੇ ਰਹਿੰਦੇ ਨੇਗੇ ਨਵੀਂ ਨਵੀਂ ਇਹਨਾਂ ਲਈ ਮੈਨੂੰ ਲੱਗਦਾ ਤੋੜ ਕੇ ਰਹਿਣਗੇ ਸਨੈਣ ਅਤੇ ਜਿਹੜੇ ਨੇ ਲੜਾਈ ਰਹਿੰਦੀ ਉਹ ਫਿਰ ਸਨੈਣ ਅੱਬੂ ਜਾਨ ਗੁੱਸੇ ਹੋ ਗਿਆ ਬੈਠਾ ਨੂਰ ਨੇ ਆਉਣਾ ਨਹੀਂ ਉਹਦੇ ਕੋਲ ਸਾਈਕਲ ਲਈ ਹੈਗੀ ਫਿਲਹਾਲ ਇਸ ਟਾਈਮ ਫੋਨ ਦੀ ਇਹ ਸੂਰਤ ਹਾਲ ਬਣੀ ਖੜੀ ਹੈਗੀ ਇਸ ਤੋਂ ਅੱਗੇ ਵਲੌਗ ਬਣਾਉਣਾ ਬਹੁਤ ਮੁਸ਼ਕਿਲ ਹੋਇਆ ਖੜਾ ਬਾਰ ਬਾਰ ਮਸਲਾ ਬਣ ਰਿਹਾ ਹੈਗਾ ਅਤੇ ਕੋਈ ਨਹੀਂ ਅੱਲਾ ਪਾਕ ਕਰਮ ਕਰੇਗਾ ਫੋਨ ਦਾ ਕੋਈ ਨਾ ਕੋਈ ਹੱਲ ਕਰਨਾ ਆ ਗਿਆ ਮੈਂ ਅਤੇ ਉਧਰ ਵਲੌਗ ਜਿਹੜਾ ਹੈ ਵੀ ਹੁਣ ਟਾਈਮ ਟਾਈਮ ਅਪਲੋਡ ਕਰਨਾ ਕੱਲ੍ਹ ਵਾਲਾ ਵਲੌਗ ਕਾਫੀ ਲੇਟ ਮੈਂ ਅਪਲੋਡ ਕੀਤਾ ਸੀਗਾ ਹਜੇ ਤੱਕ ਇੱਕ ਵਲੌਗ ਮੇਰੇ ਕੱਲ੍ਹ ਵਾਲਾ ਬਣਿਆ ਪਿਆ ਹੈਗਾ ਜਦੋਂ ਦੁਪਹਿਰ ਟਾਈਮ ਖਤਮ ਕੀਤਾ ਉਹ ਕੱਲ੍ਹ ਫੋਨ ਖਰਾਬ ਹੋ ਗਿਆ ਹੈਗਾ ਫਿਰ ਸੁਬਹਾ ਦੁਪਹਿਰ ਟਾਈਮ ਜਦੋਂ ਠੀਕ ਹੋਇਆ ਨਾ ਫੋਨ ਉਦੋਂ ਵਲੌਗ ਅਪਲੋਡ ਕੀਤਾ ਕੋਈ ਨਹੀਂ ਅੱਲਾ ਪਾਕ ਕਰਮ ਕਰੇਗਾ ਚੇਂਜ ਤਾਂ ਕਰ ਹੀ ਲੈਣਾ ਹੈਗਾ ਅਸੀਂ ਦੁਆ ਵੀ ਕਰਨੀ ਹੈਗੀ ਅਤੇ ਠੀਕ ਹੈ ਆਪਣਾ ਇਹੋ ਜਿਹਾ ਵਲੌਗ ਇੱਥੇ ਕਰਨਾ ਖਤਮ ਤੁਹਾਨੂੰ ਅੱਛਾ ਲੱਗੇ ਲਾਜ਼ਮੀ ਆਪਣੇ ਚੈਨਲ ਸਬਸਕ੍ਰਾਈਬ ਕਰ ਲੈਣਾ ਵੀਡੀਓ ਲਾਈਕ ਕਰ ਲੈਣਾ ਦੋਸਤਾਂ ਰਿਸ਼ਤੇਦਾਰਾਂ ਸ਼ੇਅਰ ਵੀ ਕਰ ਲੈਣਾ ਓਕੇ ਥੈਂਕਸ ਫੋਰ ਵਾਚਿੰਗ ਐਂਡ ਅੱਲਾ ਹਾਫਿਜ਼